ਹਾਂਜੀ ਕਰੋ ਚੈੱਕ ਜ਼ਰਾ ਪੱਠਿਆਂ ਪੁੱਠਿਆਂ ਨੂੰ ਮੂੰਹ ਜਿਹਾ ਘੱਟ ਹੀ ਲਾਉਂਦੀ ਹੈ, ਇੰਨਾ ਜ਼ਿਆਦਾ ਨਹੀਂ ਆਵੇ। ਆਹ ਕੰਮ ਕਰਦੀ ਹੈ, ਸੰਭਾਲੀ ਨਹੀਂ। ਹੈਲੋ ਕਰਦੀ, ਹੈਲੋ ਕਰਦੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ? ਅੱਜ ਦੀ ਵੀਡੀਓ ਦੀ ਕਰਦੇ ਹਾਂ ਸ਼ੁਰੂਆਤ, ਅਤੇ ਚੱਲੇ ਆਪਾਂ ਫਾਰਮ ਦੇ ਵਿੱਚ, ਕਰਦੇ ਹਾਂ ਕੰਮ ਕਾਰ। ਅਤੇ ਮੌਸਮ ਹੋਇਆ ਵਾ ਠੰਡਾ ਅਤੇ ਬੱਦਲਬਾਈ ਜੀ ਹੋਈ ਹੈ ਕਾਫੀ ਜ਼ਿਆਦਾ। ਜਦੋਂ ਮੈਂ ਆਇਆ ਫਾਰਮ ਦੇ ਵਿੱਚ ਅਤੇ ਗਾਈ ਨੇ ਮੂੰਹ ਪਰੇ ਨੂੰ ਸੁੱਟਿਆ ਸੀ, ਅਤੇ ਮੈਨੂੰ ਲੱਗਾ ਖਰੇ ਗਾਈ ਦਾ ਕੰਮ ਕਹਿਣਾ ਨਹੀਂ ਚਾਹੀਦਾ। ਚਲੋ ਬਾਕੀ ਠੀਕ ਠਾਕ ਆ, ਅਜੇ ਤਾਂ ਗਲਾ 'ਚ ਆ, ਅਤੇ ਮੀਂਹ ਮੂੰਹ ਵੀ ਸ਼ਾਇਦ ਆ ਹੀ ਜਾਵੇ, ਉਹ ਮਗਰ ਵੇਖ ਸਕਦੇ ਬੱਦਲ ਕਿਵੇਂ ਦਾ। ਅਤੇ ਫਿਰ ਕਰਦੇ ਹਾਂ ਕੰਮ ਕਾਰ, ਬੂਟ ਬਾਟ ਆਪਾਂ ਪਾਲੇ ਆ, ਅਤੇ ਕਰਦੇ ਹਾਂ ਸਫਾਈ ਦਾ ਕੰਮ। ਹਾਂ ਸੋ ਮਿੱਤਰੋ, ਆ ਗਏ ਆਪਾਂ ਪੱਠੇ ਲੱਦਣ, ਅਤੇ ਅੱਜ 3-4 ਦਿਨਾਂ ਬਾਅਦ ਅੱਜ ਬਿੰਦੂ ਵੀ ਆਇਆ, ਅਤੇ ਹੁਣ ਚੱਲ ਪਿਆ ਵਾ ਸੀਜ਼ਨ ਵੋਟਾਂ ਦਾ। ਅਤੇ ਅੱਜ ਨਾਲੇ ਬਿੰਦੂ ਨੂੰ ਪੁੱਛਦੇ ਹਾਂ ਵੀ ਬਿੰਦੂ ਸਰਪੰਚ ਖਲੋਊਗਾ ਕਿ ਜਾਂ ਵੋਟਾਂ ਪਾਊਗਾ। ਅਤੇ ਆਪਣਾ ਪਿੰਡ ਹੈ ਵੋਮੈਨ, ਅਤੇ ਬਿੰਦੂ ਦੀ ਜੇ ਘਰਵਾਲੀ ਹੁੰਦੀ ਤਾਂ ਫਿਰ ਬਿੰਦੂ ਨੂੰ ਸਰਪੰਚ ਖਿਲਾਰ ਦੇਣਾ ਸੀ, ਪਰ ਇਹਦੀ ਅਫਸੋਸ ਹੈ ਵੀ ਘਰਵਾਲੀ ਹੈਨੀ ਆ। ਅਤੇ ਫਿਰ ਇਹਨੂੰ ਪੁੱਛਦੇ ਹਾਂ ਵੋਟ ਕਿਹਨੂੰ ਪਾਉਣੀ ਆ, ਬਿੰਦੂ ਦੱਸਦਾ ਨਹੀਂ ਆ। ਹਾਂਜੀ ਕਿਹਨੂੰ ਫਿਰ ਵੋਟ ਪਾਉਣੀ ਆ? ਪਹਿਲਾਂ ਤਾਂ ਇਹ ਦੱਸ ਵੀ ਵੋਟ ਪਿੰਡੋਂ ਸਰਪੰਚ ਖਲੋਣਾ ਕੌਣ ਚਾਹੀਦਾ, ਮੁੰਡਾ ਖੁੰਡਾ ਕਿ ਜਾਂ ਬੰਦਾ ਬੁੱਢਾ ਜਿਹਾ ਕੋਈ? ਇਹ ਮੈਨੂੰ ਨਹੀਂ ਪਤਾ, ਇਹ ਤੁਹਾਡੀ ਇੱਥੇ ਦੁਨੀਆਂ ਦੇ ਵਿੱਚ ਹੀ ਆ, ਭਰੀ ਪੰਚਾਇਤ ਜਦੋਂ ਇਕੱਠੀ ਹੋਈ ਉਦੋਂ ਪਤਾ ਲੱਗਣਾ, ਮੈਨੂੰ ਪਤਾ ਨਹੀਂ। ਤੇ ਕਿਹਦੇ ਵਾਲਿਆ ਫਿਰ ਤੂੰ? ਮੈਂ ਨਹੀਂ ਜੇ ਕਿਹਾ ਰਵੀ। ਹਾਂ ਯਾਰ ਮੈਂ ਤੇਰੇ ਨਾਲ ਹੀ ਆ ਜੇ। ਮੇਰੇ ਨਾਲ ਹੀ ਆ? ਚੱਲ ਫਿਰ ਆਪਣੀ ਇੱਕ ਵੋਟ ਪੱਕੀ ਫਿਰ। ਆਹੋ ਠੀਕ ਆ, ਓਕੇ ਓਕੇ। ਤੇ ਚਲੋ ਫਿਰ ਲੱਦਦੇ ਆ ਪੱਠੇ, ਲੱਗਾ ਮੈਂ ਵੀ ਇਕੱਠੇ ਕਰਨ, ਤੇ ਫਿਰ ਆ ਡਿਆ ਬੰਦੂ ਵੀ ਲੱਦਣ। ਹੁਣ ਮੌਸਮ ਵੀ ਉਹੋ ਜਿਹਾ ਹੋ ਗਿਆ ਜਿੱਦਾਂ ਸਿਆਲ ਦੇ ਵਿੱਚ ਨਹੀਂ, ਤੜਕੇ ਜੀ ਉੱਠੀਏ ਤੇ ਧੁੰਦ ਜੀ ਦੀ ਵਾਸਣਾ ਜੀ ਹੁੰਦੀ ਹੁੰਦੀ ਆ, ਹੁਣ ਉੱਦਾਂ ਦੀ ਆਉਣ ਡੀ। ਅੱਜ ਠੰਡਾ ਜਿਹਾ ਤੇ ਧੁੰਦ ਦੀ ਵਾਸਣਾ ਜੀ ਆਉਣ ਡੀ, ਤੇ ਬਾਕੀ ਹੁਣ ਨਹੀਂ ਗਰਮੀ ਆਉਣੀ, ਹੁਣ ਤਕਰੀਬਨ ਆਊਗਾ ਇੱਦਾਂ ਦਾ ਹੀ ਮੌਸਮ, ਠੰਡਾ ਹੀ ਹੋਣਾ ਗਾਂ ਗਾਂ। ਅਤੇ ਪਰ ਵੋਟਾਂ ਦਾ ਮਾਹੌਲ ਹੋ ਜਾਣਾ ਗਰਮ, ਅਤੇ ਮੌਸਮ ਹੋ ਜਾਣਾ ਠੰਡਾ। ਚਲੋ ਵਧੀਆ ਗੱਲ ਆ, ਮਿਕਸ ਜਿਹਾ ਰਹੂਗਾ ਕੰਮ, ਜ਼ਿਆਦਾ ਗਰਮ ਨਾ ਕੰਮ, ਗਰਮੀ ਨਾ ਫੜੂਗਾ। ਗਾਈ ਦਾ ਬੁਖਾਰ ਤਾਂ ਚੈੱਕ ਕਰ ਲਿਆ ਵਾ, ਬੁਖਾਰ ਤਾਂ 102 ਆ, ਅਤੇ ਯਾਨੀ ਕਿ ਪੁਆਇੰਟ ਕੁੱਤੇ ਆ, ਅੱਗੇ ਬਹੁਤ ਜ਼ਿਆਦਾ ਹੁੰਦਾ। ਬਾਕੀ ਇਹ ਵੀ ਮੂੰਹ ਹੀ ਨਹੀਂ ਸਿੱਧਾ ਕਰਦੀ, ਧੌਣ ਤਾਂ ਕਰ ਲਈ ਆ, ਕਰਾ ਤੀ ਇਹਦੀ ਸਿੱਧੀ ਜੀ, ਪੱਠਿਆਂ ਪੁੱਠਿਆਂ ਨੂੰ ਮੂੰਹ ਜਿਹਾ ਘੱਟ ਹੀ ਲਾਉਂਦੀ ਹੈ, ਇੰਨਾ ਜ਼ਿਆਦਾ ਨਹੀਂ ਆਵੇ। ਆਹ ਕੰਮ ਕਰਦੀ ਆ, ਸੰਭਾਲੀ ਨਹੀਂ ਜਾਣ ਡੀ ਧੌਣ, ਅਤੇ ਮੀਂਹ ਵੀ ਆ ਗਿਆ ਉੱਤੋਂ, ਬਹੁਤ ਜ਼ਿਆਦਾ ਕੰਮ ਖਰਾਬ ਹੋ ਗਿਆ ਇਹਦਾ, ਇੰਨਾ ਇਲਾਜ ਕੀਤਾ ਪਰ ਰਿਕਵਰੀ ਕੋਈ ਨਹੀਂ ਹੋਈ ਇਹਦੀ। ਚੱਲ ਆ ਇਹਨੂੰ ਗਾਂ ਲਿਆਈਏ ਅਤੇ ਉੱਤੇ ਤਰਪਾਲ ਪਾਈਏ, ਮੀਂਹ ਆ ਗਿਆ ਇਹਨੂੰ ਇੱਧਰ ਖਿਲਾਰ ਲਈਏ ਧੌਣ। ਹੁਣ ਥੋੜ੍ਹੀ ਜਿਹੀ ਆਕੜ ਗਈ ਸੀ ਕਿਤੇ, ਰਾਤ ਇਸ ਤਰ੍ਹਾਂ ਹੀ ਰਹੀ ਆ, ਅਤੇ ਖਾਣ ਡੀ ਆ ਪੱਠੇ ਥੋੜ੍ਹੇ ਥੋੜ੍ਹੇ, ਬਾਕੀ ਇਹਨੂੰ ਕਰਦੇ ਹਾਂ ਕੜੀ ਵੀ ਆਪਣੇ ਖਾਂ ਹਜਾ ਕੇ। ਚੱਲ ਉਹਦੀ ਵਿਚਾਰੀ ਤਾਂ ਖਾਲਾ, ਇਹ ਗਰੀਬਣੀ ਤਾਂ ਆ ਗਈ ਖਾਣ ਦੀ। ਗਾਈ ਨੂੰ ਇੱਕ ਵਾਰੀ ਤਾਂ ਆਪਾਂ ਠਾਲਤਾ ਹੁਣ, ਅਤੇ ਬਾਕੀ ਲੱਤਾਂ ਲੁੱਤਾਂ ਮਾੜਾ ਮੋਟਾ ਜਿਹਾ ਹਿਲਾਉਂਦੀ ਆ ਵਿੱਚ ਜੇ ਕਰਦੀ, ਕਈ ਯਾਰ ਅਜੇ ਪੂਰੀਆਂ ਲਾਉਂਦੀ ਨਹੀਂ ਚੰਗੀ ਤਰ੍ਹਾਂ ਲੱਤਾਂ, ਤਾਂ ਥੋੜ੍ਹੀ ਜਿਹੀ ਆਪਾਂ ਥੱਲੇ ਰੱਖੀ ਆ ਵੀ ਬਾਈ ਚਾਂਸ ਭਾਰ ਵੀ ਪਾਵੇ, ਜਿਹੜਾ ਟੰਗੀ ਜੀ ਨਹੀਂ ਆ ਬਹੁਤਾ। ਅਤੇ ਬਾਕੀ ਦੇਖੋ ਫਿਰ ਸਿਰ ਆ, ਵੇਖੋ ਇੱਦਾਂ ਹੀ ਥੱਲੇ ਸੁੱਟ ਲੈਂਦੀ ਆ, ਜਿੱਦਾਂ ਸਿਰ ਦਾ ਭਾਰ ਵੀ ਨਹੀਂ ਚੱਲਿਆ ਜਾਂਦਾ ਇਹਦੇ ਕੋਲ।
ਇਹ ਆ ਜੀ ਆਪਣੇ ਕੋਲ ਮੈਗਨੀਸ਼ੀਅਮ ਸਲਫੇਟ ਇੱਕ ਅਤੇ ਇੱਕ ਸੋਡੀਅਮ ਬਾਈਕਾਰਬੋਨੇਟ ਯਾਨੀ ਕਿ ਮਿੱਠਾ ਸੋਡਾ, ਮਿੱਠਾ ਸੋਡਾ ਹੀ ਉਹਦੀ ਫੋਮ ਜੀ ਇੱਕ। ਅਤੇ ਇਹ ਆਪਾਂ ਦੇਣੀਆਂ ਇਹਨਾਂ ਨੂੰ ਖੁਰਾਕਾਂ ਘੋਲ ਕੇ ਗਾਈ ਨੂੰ ਦਿੰਦੇ ਹਾਂ। ਫਿਰ ਇਹਦਾ ਆਪਾਂ ਘੋਲ ਜਿਹਾ ਕਰ ਲਿਆ ਤਿਆਰ ਅਤੇ ਪਿਆਲ ਦਿੰਦੇ ਹਾਂ ਇਹਨੂੰ ਗਾਈ ਨੂੰ। ਹੁਣ ਗਾਈ ਨੂੰ ਕਰਤੀ ਸੀ ਦਵਾਈ ਬੂਟੀ, ਦੇ ਤਾ ਸੀ ਸਮਾਨ ਜਿਹਾ ਘੋਲ ਜਿਹਾ ਨੂੰ ਬਣਾ ਕੇ, ਅਤੇ ਬਾਕੀ ਬਿਠਾਲ ਵੀ ਦਿੱਤਾ ਸੀ। ਕਾਫੀ ਟਾਈਮ ਦੀ ਖਲੋਤੀ ਸੀ ਗਾਈ, ਤਕਰੀਬਨ ਵੱਜ ਗਏ ਆ 2। ਅਤੇ ਹੁਣ ਮੈਂ ਚੱਲਿਆ ਵਾਂ ਭੁੱਲਰ ਕੋਲ, ਅਤੇ ਫਿਰ ਚੱਲਦਿਆਂ ਫਿਰ ਮਿਲਦਾ ਹਾਂ ਉੱਥੇ ਜਾ ਕੇ ਤੁਹਾਨੂੰ। ਦੂਜੀ ਗੱਲ ਇਹ ਕਿ ਹੁਣ ਜਿਹੜੀਆਂ ਬਾਸਮਤੀਆਂ ਦੇ ਰੇਟ ਘੱਟ ਸੀ, ਪਰਮਲਾਂ ਦੇ ਵਗੈਰਾ ਦੇ ਵੀ, ਉਹ ਵੀ ਵੱਧ ਜਾਣਗੇ। ਐਨ ਲੱਗਾ ਸੀ ਐਕਸਪੋਰਟ 'ਤੇ, ਉਹ ਵੀ ਹੁਣ ਹਟਾਤਾ ਸਰਕਾਰ ਨੇ। ਖਬਰ ਆਈ ਹੈ ਕੱਲ੍ਹ ਦੀ 27 ਤਰੀਕ ਦੀ, ਅੱਜ 28 ਤਰੀਕ। ਬਾਕੀ ਜਦੋਂ ਤੁਹਾਡੇ ਕੋਲ ਵੀਡੀਓ ਪਹੁੰਚੂਗੀ ਉਦੋਂ ਆਲਰੇਡੀ ਫੈਲ ਜਾਊਗੀ ਖਬਰ ਸਾਰੇ ਵੈਸੇ ਜੀ। ਅਤੇ ਮਿਲਦੇ ਹਾਂ ਫਿਰ ਜਾ ਕੇ ਭੁੱਲਰ ਕੋਲ। ਆਪਣੇ ਚੱਲੇ ਹਾਂ ਬੁਲਟ ਦੇ ਉੱਤੇ, ਬੈਟਰੀ ਲੋਅ ਸੀ ਮੋਪਟ ਦੀ। ਆਹ ਜਿਹੜਾ ਕੁੱਤਾ ਜਦੋਂ ਮੈਂ ਵਾਂ ਪੈਂਦਾ ਹੀ ਰਹਿੰਦਾ ਮੈਨੂੰ, ਪਰ ਅੱਜ ਸ਼ਾਂਤ ਹੋ ਕੇ ਬੈਠਾ, ਅੱਜ ਪਤਾ ਨਹੀਂ ਕੀ ਗੱਲ ਇਹਨੂੰ। ਅਤੇ ਆ ਗਏ ਪਹੁੰਚ ਗਏ ਭੁੱਲਰ ਕੋਲ। ਲਿਆ ਲਿਆ ਬੰਨਣ ਡੇ, ਲੈ ਆਓ ਪੀਲੇ ਨੇ, ਭੁੱਲਰ ਨਹੀਂ ਡੇ ਬੰਨਣ ਭਰਨਾ। ਵੰਸ ਅਗੇਨ ਇਨ ਜੰਗਲ। ਆਹ ਲਾਹ ਤੇ ਨੇਰੀ ਨੇ ਨਾਲੇ ਟਹਿਣਾ ਲਾਤਾ ਬਿਸਕੁਟ, ਇਹਦੇ ਵਿੱਚ ਕੀ ਪਾਇਆ ਭੁੱਲਰ, ਚਟਣੀ ਪਾ ਛੱਡੀ ਬਿਸਕੁਟ ਚੰਦੀ ਜ਼ੋਰ ਨਾਲ ਵਰਤੇ ਲਹੂ ਪਾ ਗੰਡਿਆਂ ਦਾ, ਇਹ ਮੀਟ ਦਾ ਬਣਾਇਆ ਲੱਗਦਾ। ਇਹ ਸਾਰੇ ਕੁਝ ਬਿਸਕੁਟ ਲੱਗਦਾ ਚਿਕਣੀ ਆ। ਇਹ ਭੁੱਲਰ ਜਿਹੜਾ ਜੀਰ ਹੈ ਫਿਰ ਕਿੰਨੇ ਰੁਪਏ ਕਿਲੋ ਵੇਚਦਾ, ਇਹ ਇੰਨੀ ਲੱਗੀ ਆ। ਇਹ ਮੈਂ ਆਪ ਹੀ ਖਾ ਜਾਂਦਾ ਸਾਰੀਆਂ, ਲੈ ਇੰਨਾ ਮਹਿੰਗਾ ਫਲ ਮਹਿੰਗਾ ਆਪੇ ਖਾ ਜਾਂਦਾ। ਸਾਰੀ ਜੜਾਂ 'ਚ ਆ ਗਈ ਇਹਦੇ, ਇੱਥੋਂ ਥੱਲੇ ਥੱਲੇ ਲੱਗਣੀ ਸਾਰੀ ਤਾਜ਼ੀ। ਜੈਤੂਨ ਭੁੱਲਰ, ਇਹਦੇ ਬਾਰੇ ਦੱਸ ਕਦੋਂ ਤੇਲ ਕੱਢਣ ਨਿਕਲਣਾ ਇਹਦਾ। ਆ ਜੀ ਰੁੱਖ ਫਾਊਂਟਨ ਗਰਾਸ, ਚੈੱਕ ਕਰੋ ਜਰਾ ਕਿੱਡਾ ਸੋਹਣਾ, ਕਿੱਡਾ ਸੋਹਣਾ ਬੂਟਾ ਫਾਊਂਟਨ ਗਰਾਸ ਦਾ। ਆ ਵਾ ਭੁੱਲਰ ਦਾ ਜੰਗਲ ਦੇ ਵਿੱਚ ਜਿਹੜਾ ਪੁਰਾਣਾ ਖੂਹ, ਇਹਤੋਂ ਸਾਰੇ ਜੰਗਲ ਦੀ ਸਿੰਚਾਈ ਕਰਦਾ ਹੈ। ਇਹ ਤਕਰੀਬਨ ਹੋਣਾ ਵਾ 10 ਫੁੱਟ ਡੂੰਘਾ। ਆ ਪਾਣੀ ਚੈੱਕ ਕਰੋ, ਪਾਣੀ ਵੀ ਸਾਰਾ ਨਾ ਖਾਦ ਬੂਟੀ ਵਾਲਾ ਹੀ ਆ। ਦੱਸੋ ਜੀ ਇੱਕ ਤੇ ਉਹ ਪਾਸਤਾ ਟੈਪ ਜਿਹਾ ਮਕਰੋਨੀ ਬਣ ਜੂਗੀ, ਤੇ ਕੋੜੀਆਂ ਸੇਵੀਆਂ ਹੁੰਦੀਆਂ ਆਟੇ ਵਾਲੀਆਂ ਹੱਥ ਨਾਲ ਵੱਟੀਆਂ। ਅੱਛਾ, ਉਹਦੇ 'ਚ ਦੇਸੀ ਘਿਓ ਪਾ ਕੇ ਤੂੰ ਦੱਸ ਕੀ ਖਾਏਗਾ, ਜਿਹੜੀ ਤੁਹਾਡੀ ਇੱਛਾ ਜੋ ਖਵਾ ਦੋਗੇ, ਉਹ ਅਸੀਂ ਜੋ ਮਰਜ਼ੀ ਖਵਾ ਦਾਂਗੇ, ਤੂੰ ਦੱਸ ਜਿਹੜਾ ਛੇਤੀ ਬਣ ਜੂ। ਦੋਵੇਂ ਬਣ ਜਾਣੀਆਂ ਵਾ ਦੱਸ। ਔਰੇਂਜ ਕਲਰ, ਔਰੇਂਜ ਹੀ ਆ ਨਾ ਇਹ ਕਿ ਪੀਚ ਜਿਹਾ ਵਾ,
ਹੋ ਗਈ ਆ ਤਿਆਰੀ ਪੱਗ ਬੰਨਣ ਦੀ। ਆ ਗਿਆ ਸ਼ੀਸ਼ਾ, ਹੋ ਗਿਆ ਡਨ ਕੰਮ, ਕਰਦੇ ਹਾਂ ਸ਼ੁਰੂ ਫਿਰ। ਲਓ ਜੀ ਕਰ ਲਈ ਤਿਆਰੀ, ਕਲੀਅਰ ਕਰੋ ਨਾ ਫਿਰ ਕਿਹੜੀ ਪੱਗ ਬੰਨਣੀ। ਹੋ ਜਾ ਹੋ ਜਾ ਪਿੱਛੇ ਹੋ ਜਾ ਹੋ ਜਾ ਹੋ ਜਾ। ਚਲੋ ਜੀ ਹੁਣ ਲੱਗਾ ਜੰਗਲ 'ਚ ਮੰਗਲ ਪੌਣੀ ਡੈ ਪਈ। ਹੁਣ ਅਜੇ ਤੱਕ ਕਨਫਰਮ ਨਹੀਂ ਹੋਇਆ ਵੀ ਪੱਗ ਬੰਨਣੀ ਕਿਹੜੀ ਆ, ਰੰਗ ਦਾ ਤਾਂ ਪਤਾ ਕਿਹੜੀ ਬੰਨਣੀ ਆ ਪਰ ਬੰਨਣੀ ਕਿਹੜੀ ਆ। ਚਲੋ ਜੀ ਕਰਦੇ ਹਾਂ ਸ਼ੁਰੂਆਤ, ਲੈ ਕੇ ਵਾਹਿਗੁਰੂ ਦਾ ਨਾਂ। ਵਾਹਿਗੁਰੂ ਵਾਹਿਗੁਰੂ। ਹਾਂਜੀ ਕਰੋ ਚੈੱਕ ਜ਼ਰਾ ਕੁ, ਸੋਹਣੀ ਆ ਬਾ ਕਮਾਲ ਭੁੱਲਰ ਦਾ। ਹੁਣ ਅੱਗ ਵੀ ਬੱਝ ਗਈ ਆ ਅਤੇ ਭੁੱਖ ਵੀ ਲੱਗ ਗਈ ਆ, ਇਸ ਕਰਕੇ ਆ ਗਿਆ ਵਾ ਪਾਸਤਾ, ਯਮੀ ਪਾਸਤਾ। ਹੁਣ ਹੋ ਰਹੀ ਆ 3D ਪੱਗ। ਭੁੱਲਰ ਸਾਹਿਬ ਕੌਫੀ ਹੋ ਗਈ ਠੰਡੀ, ਕਿੱਦਾਂ ਫਿਰ? ਹੈਲੋ ਕਰਦੇ, ਹੈਲੋ ਕਰਦੇ, ਬਾਏ ਕਰਦੇ, ਚਲੀਏ ਬਾਏ ਕਰਦੇ। ਓਏ ਤੇ ਆ ਕੇ ਪੱਠੇ ਪੁੱਠੇ ਪਾ ਤੇ ਆ। ਅਤੇ ਬਾਕੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਕਮੈਂਟ ਕਰਕੇ, ਅਤੇ ਵੀਡੀਓ ਨੂੰ ਕਰ ਦਿਓ ਲਾਈਕ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਅਤੇ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਲਦੇ ਆ ਤੁਹਾਨੂੰ ਅਗਲੀ ਨਵੀਂ ਵੀਡੀਓ ਦੇ ਵਿੱਚ। ਓਕੇ ਬਾਏ।